ਬਿਆਸ ਦਰਿਆ ਦੇ ਵਿੱਚ ਮੂਰਤੀ ਵਿਸਰਜਨ ਕਰਨ ਆਏ ਨੌਜਵਾਨ ਨੇ ਜਿਹੜੇ ਡੁੱਬ ਜਾਂਦੇ ਨੇ ਜੀ। ਤਕਰੀਬਨ 4 ਨੌਜਵਾਨ ਕਿਸ ਤਰੀਕੇ ਦੇ ਨਾਲ ਬਿਆਸ ਦਰਿਆ ਦੇ ਵਿੱਚ ਡੁੱਬ ਜਾਂਦੇ ਨੇ ਜਦੋਂ ਜਲੰਧਰ ਤੋਂ ਉਹ ਮੂਰਤੀ ਵਿਸਰਜਨ ਕਰਨ ਆਏ ਸੀ। ਤਾਂ ਬਿਲਕੁਲ ਗੋਤਾਖੋਰਾਂ ਦੇ ਵੱਲੋਂ ਭਾਲ ਹੈ ਜਿਹੜੀ ਹਜੇ ਤੱਕ ਜਾਰੀ ਹੈ। ਤਾਂ ਜਲੰਧਰ ਤੋਂ ਬਿਆਸ ਦਰਿਆ ਦੇ ਵਿੱਚ ਮੂਰਤੀ ਪ੍ਰਵਾਨ ਕਰਨ ਆਏ ਸੀ ਸ਼ਰਧਾਲੂ। ਤਕਰੀਬਨ 3 ਘੰਟੇ ਤੋਂ ਲਾਪਤਾ ਦੱਸੇ ਜਾ ਰਹੇ ਨੇ। ਬੀਤੀ ਸ਼ਾਮ ਤੋਂ ਇਹ ਨੌਜਵਾਨ ਨੇ ਜਿਹੜੇ ਲਾਪਤਾ ਦੱਸੇ ਜਾ ਰਹੇ ਨੇ। ਤਾਂ ਬਿਲਕੁਲ ਮੂਰਤੀ ਪ੍ਰਵਾਹਿਤ ਕਰਨ ਤੋਂ ਬਾਅਦ ਨਹਾਉਣ ਸਮੇਂ ਦਰਅਸਲ ਇਹ ਘਟਨਾ ਵਾਪਰਦੀ ਹੈ। ਤਾਂ ਪੁਲਿਸ ਦੀਆਂ ਟੀਮਾਂ ਨੇ ਜਿਹੜੀਆਂ ਮੌਕੇ ਤੇ ਪਹੁੰਚ ਜਾਂਦੀਆਂ ਨੇ ਤੇ ਉਹਨਾਂ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੀਆਂ ਡੈਡ ਬੋਡੀਜ਼ ਚਾਹੇ ਉਹਨਾਂ ਨੂੰ ਮਿਲ ਜਾਵੇ ਚਾਹੇ ਫਿਰ ਇਹਨਾਂ ਨੂੰ ਜਿੰਦਾ ਮਿਲ ਜਾਣ। ਪਰ ਬਿਲਕੁਲ ਕਿਸ ਤਰੀਕੇ ਦੇ ਨਾਲ ਕਹਿ ਦਈਏ ਕਿ ਮੂਰਤੀ ਵਿਸਰਜਨ ਤੋਂ ਬਾਅਦ ਇਹ ਨੌਜਵਾਨ ਜਦੋਂ ਨਹਾਉਣ ਲਈ ਜਾਂਦੇ ਨੇ ਤਾਂ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਹੈ। ਪਾਣੀ ਦੇ ਵਿੱਚ ਚਾਰੋਂ ਨੌਜਵਾਨ ਨੇ ਜਿਹੜੇ ਡੁੱਬ ਜਾਂਦੇ ਨੇ। ਤਾਂ ਪਰਿਵਾਰਿਕ ਮੈਂਬਰਾਂ ਦਾ ਉਸ ਵੇਲੇ ਰੋ ਰੋ ਕੇ ਕਿਸ ਤਰੀਕੇ ਦੇ ਨਾਲ ਬੁਰਾ ਹਾਲ ਦੱਸਿਆ ਜਾ ਰਿਹਾ। ਤਾਂ ਮਾਂ ਬਾਪ ਨੇ ਰੋ ਰੋ ਕੇ ਸਾਰੀ ਘਟਨਾ ਦੱਸੀ ਹੈ। ਤਾਂ ਤਸਵੀਰਾਂ ਇੱਕ ਵਾਰ ਤੁਹਾਡੇ ਨਾਲ ਜ਼ਰੂਰ ਰੁਕ ਕਰ ਲੈਂਦੇ ਹਾਂ। ਕੀ ਘਟਨਾਕ੍ਰਮ ਜਿਹੜਾ ਹੈਗਾ ਵਾਪਰਿਆ ਇੱਥੇ ਬਿਆਸ ਦਰਿਆ ਤੇ? ਅੱਜ ਨਾ ਕੁਛ ਆਮੀ 3:30-4 ਵਜੇ ਦੀ ਗੱਲ ਹੈ ਜੀ, ਸਾਨੂੰ ਸੂਚਨਾ ਪ੍ਰਾਪਤ ਹੋਈ। ਸੰਗਤ ਇੱਥੇ ਰਵਾਇਤ ਜੀ ਪੁਰਾਤਨ ਤਰੀਕੇ ਦੇ ਨਾਲ ਹਰ ਸਾਲ ਦੀ ਤਰ੍ਹਾਂ ਕੋਈ ਮੂਰਤੀ ਵਿਸਰਜਨ ਕਰਨ ਵਾਸਤੇ ਆਏ ਤੇ ਮੂਰਤੀ ਵਿਸਰਜਨ ਕਰਕੇ ਤੇ ਵਿੱਚ ਉਹ ਜਿਹੜੇ ਸੀਗੇ ਮਤਲਬ ਨੌਜਵਾਨ ਸੀਗੇ ਉਹ ਦਰਿਆ 'ਚ ਵੜ ਗਏ। ਉਹ ਥੋੜ੍ਹਾ ਅੱਗੇ ਨੂੰ ਉਹ ਪਾਣੀ ਇੱਥੇ ਥੋੜ੍ਹਾ ਵਾ, ਉਹ ਫਿਰ ਮੋਰਲੇ ਪਾਸੇ ਅੱਗੇ ਜਾ ਕੇ ਡੂੰਘੇ ਪਾਣੀ ਚਲੇ ਗਏ ਅਤੇ ਉੱਥੇ ਉਹ ਡੁੱਬ ਗਏ। ਉਹ ਫਿਰ ਸਾਨੂੰ ਸੂਚਨਾ ਮਿਲੀ ਜਦੋਂ ਦਾ ਪਰਿਵਾਰ ਨੇ ਸਾਨੂੰ ਦੱਸਿਆ, ਫਿਰ ਅਸੀਂ ਇੱਥੇ ਆ ਕੇ ਜਿਹੜੇ ਸਾਡੇ ਇੱਥੇ ਲੋਕਲ ਸਾਡੇ ਕੋਲ ਆਪਣੇ ਗੋਤਾਖੋਰ ਨੇ ਜਿਹੜੇ 4-5 ਇੱਥੇ ਸਾਡੇ ਡੇਲੀ ਹੀ ਰਹਿੰਦੇ ਨੇ ਪ੍ਰਾਈਵੇਟ ਤੌਰ 'ਤੇ, ਉਹਨਾਂ ਦੀ ਮਦਦ ਨਾਲ ਅਸੀਂ ਪਰਿਵਾਰ ਨੂੰ ਨਾਲ ਲੈ ਕੇ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਹ ਲੱਭੀ ਨਹੀਂ, ਬੋਡੀਜ਼ ਥੱਲੇ ਜਾ ਚੁੱਕੀਆਂ ਨੇ। ਹੁਸ਼ਿਆਰਪੁਰ ਤੋਂ ਉਹ ਵੀ ਚੱਲ ਪਈ ਉਹਨਾਂ ਇੱਥੋਂ ਟੀਮ 'ਚ ਤੇ ਅਸੀਂ ਇੱਥੇ ਇਸ ਮੌਕੇ ਨੂੰ ਸਿਕਿਓਰ ਕੀਤਾ ਹੋਇਆ ਵਾ ਤੇ ਉਹ ਪਰਿਵਾਰ ਵਾਲੇ ਸਾਡੇ ਨਾਲ ਨੇ, ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਵੀ ਸਾਨੂੰ ਉਹ ਮਿਲ ਜਾਂਦੀ। ਬਿਲਕੁਲ ਜੀ, ਇਹ ਪਿਛਲਾ ਜਿਹੜਾ ਪਿਛੋਕੜ ਇਹਨਾਂ ਦਾ ਉਹ ਸੀਤਾਪੁਰ ਡਿਸਟ੍ਰਿਕਟ ਹੈ ਜੀ, ਯੂਪੀ ਦੇ ਵਿੱਚ। ਤੇ ਹੁਣ ਜਿਹੜਾ ਇਹ ਸਾਰੇ ਪਰਿਵਾਰ ਆ ਇੱਥੇ ਮਿਹਨਤ ਵਾਸਤੇ ਜਿਹੜੇ ਜਲੰਧਰ ਗੜਾ ਰਹਿ ਰਹੇ ਸਰ, ਤੇ ਇਹ ਆਏ ਸਾਲ ਹੀ ਇੱਥੇ ਆਉਂਦੇ ਨੇ। ਮਿਸਟਰ ਪ੍ਰਕਾਸ਼ ਨੇ ਜਿਹੜੇ ਇਹਨਾਂ ਨੂੰ ਹੈੱਡ ਕਰ ਰਹੇ ਸੀ, ਜਿਹੜਿਆਂ ਦੇ ਸਭ ਤੋਂ ਸੀਨੀਅਰ ਹੈਗੇ ਜੀ ਪਰਿਵਾਰਾਂ ਦੇ ਮੈਂਬਰ, ਇਹ ਸਾਰੇ ਪਰਿਵਾਰ ਡਿਸਟ੍ਰਿਕਟ ਸੀਤਾਪੁਰ ਦੇ ਰਹਿਣ ਵਾਲੇ ਨੇ। ਤੇ ਉਹਨਾਂ ਨੇ ਫਿਰ ਸਾਨੂੰ ਦੱਸਿਆ ਵੀ ਅਸੀਂ ਹਰ ਆਏ ਸਾਲ ਹੀ ਇੱਥੇ ਆਉਂਦੇ ਹਾਂ ਤੇ ਆਏ ਸਾਲ ਦੀ ਤਰ੍ਹਾਂ ਵੀ ਅੱਜ ਸੰਡੇ ਸੀਗਾ ਤੇ ਆਏ ਸਾਲ ਆ ਗਿਆ ਜੀ। ਉਸ ਤਰ੍ਹਾਂ ਤੇ ਇੱਥੇ ਜਿਹੜਾ ਫੰਕਸ਼ਨ ਹੁੰਦਾ ਉਹ ਲਾਸਟ 7-9 ਤਰੀਕ ਨੂੰ ਹੁੰਦਾ ਜੀ, ਪਰ ਉਹ ਰੂਟੀਨ 'ਚ ਆ ਕੇ ਇੱਥੇ ਆਏ ਸਾਲ ਦੀ ਤਰ੍ਹਾਂ ਜੋ ਉਹਨਾਂ ਦਾ ਹੈਗਾ ਸੀ ਰਵਾਇਤ ਦੇ ਅਨੁਸਾਰ ਉਹ ਮੂਰਤੀ ਵਿਸਰਜਨ ਕਰਨ ਵਾਸਤੇ ਆਉਂਦੇ। ਤਕਰੀਬਨ ਉਮਰ ਕਿੰਨੀ ਕੁ ਆ ਸਰ ਇਹਨਾਂ ਦੀ ਜਿਹੜੇ? ਇਹਨਾਂ ਦੇ ਵਿੱਚ ਜਿਹੜੇ ਹੈਗੇ ਜੀ ਟੋਟਲ ਜਿਹੜੇ 4 ਬੰਦੇ ਨੇ ਸਾਡੇ ਕੋਲੇ, ਉਹਨਾਂ ਦੇ ਵਿੱਚ ਇੱਕ ਦੀ 22 ਸਾਲ ਉਮਰ ਹੈ, ਦੋ ਦੀ 17-18, 3 ਦੀ 17-18 ਸਾਲ ਦੇ ਨੌਜਵਾਨ ਬੱਚੇ ਜੀ।